ਸਵਾਗਤ ਕਰਦੇ ਹਾਂ ਜੀ ਅੱਜ ਦੀ ਕਲਾਸ ਦੇ ਵਿੱਚ ਜੋ ਮਾਸਟਰ ਕਲਰ ਨਾਲ ਸੰਬੰਧਿਤ ਹੈ ਕਹਾਣੀ ਸੀਰੀਜ਼ ਦਾ ਅਗਲਾ ਪਾਰਟ ਹੈ ਜਿਸ ਦੇ ਵਿੱਚ ਆਪਾਂ ਗੱਲ ਕੀਤੀ ਹੋਈ ਹੈ ਅਗਲੇ ਕਹਾਣੀਕਾਰ ਦੀ ਜਿਨ੍ਹਾਂ ਦਾ ਸਾਹਿਤ ਦੇ ਵਿੱਚ ਖੇਤਰ ਦੇ ਵਿੱਚ بڑا ਨਾਮ ਹੈ ਉਹਨਾਂ ਦੀ ਗੱਲ ਕਰਦੇ ਹਾਂ ਜੀ ਮੋਹਨ ਭੰਡਾਰੀ ਦੀ ਉਹਨਾਂ ਨੂੰ ਸਾਰੇ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਜਨਮ 14 ਫਰਵਰੀ 1937 ਨੂੰ ਹੁੰਦਾ ਹੈ ਪੰਜਾਬੀ ਦੇ ਕਹਾਣੀਕਾਰਾਂ ਵਿੱਚ ਇੱਕ ਸਥਾਪਿਤ ਕਹਾਣੀਕਾਰ ਹੈ ਉਸ ਨੇ ਜ਼ਿੰਦਗੀ ਦੀ ਜਟਲਤਾ ਨੂੰ ਸੰਗਣੀ ਬਣਤੀ ਦੀਆਂ ਕਹਾਣੀਆਂ ਵਿੱਚ ਪੇਸ਼ ਕੀਤਾ ਹੈ ਗਿਆਨਤਮਕ ਪੱਖ ਤੋਂ ਗੁਨਾਹ ਦੇ ਪੱਖ ਤੋਂ ਆਪਾਂ ਗੱਲ ਕਰਦੇ ਹਾਂ ਭੰਡਾਰੀ ਦੀਆਂ ਕਹਾਣੀਆਂ ਦੀ ਗਿਣਤੀ 60 ਹੈ ਪਰ ਜਿਹੜੀਆਂ ਗੁਨਾਹ ਦੇ ਪੱਖ ਤੋਂ ਆਪਾਂ ਗੱਲ ਕਰਦੇ ਆ ਇਹਨਾਂ ਦੀ ਕੋਈ ਕਹਾਣੀਆਂ ਦੀ ਸੀਮਾ ਨਹੀਂ ਹੈ ਗੱਲ ਦਾ ਆਪਾਂ ਨੂੰ ਪਤਾ ਇਸ ਗੱਲ ਤੋਂ ਲੱਗਦਾ ਕਿ ਜਦੋਂ ਆਪਾਂ ਉਹਨਾਂ ਦੀਆਂ ਕਹਾਣੀਆਂ ਦੀ ਕਥਾ ਨੂੰ ਵੇਖਦੇ ਹਾਂ ਵਾਰਤਾਂ ਨੂੰ ਪੜ੍ਹ ਕੇ ਆਪਾਂ ਸਹਿਜੇ ਹੀ ਪਤਾ ਲਗਾ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਗੁਨਾਹ ਜਿਹੜੇ ਨੇ ਕਹਾਣੀਕਾਰ ਦੇ ਉਹ ਕਿੰਨੇ ਜ਼ਾਦੇ ਨੇ ਉਹਨਾਂ ਦੀ ਵਿਦਾ ਦੀ ਗੱਲ ਕਰਦੇ ਆ ਵਿਦਾ ਦੇ ਵਿੱਚ ਲਿਖਿਆ ਸੀ ਉਹਨਾਂ ਨੇ ਨਿੱਕੀ ਕਹਾਣੀ ਲਿਖੀ ਆ ਵਾਰਤਕ ਲਿਖੀ ਹੈ ਕਹਾਣੀਆਂ ਦੇ ਖੇਤਰ ਵਿੱਚ ਉਹਨਾਂ ਦਾ ਐਮ ਯੋਗਦਾਨ ਹੈ ਗੱਲ ਕਰਦੇ ਹਾਂ ਜੀ ਪਰਿਵਾਰ ਦੀ ਪਰਿਵਾਰ ਵਿੱਚ ਕੌਣ ਕੌਣ ਨੇ ਜੀ ਮਾਤਾ ਪਿਤਾ ਦੀ ਗੱਲ ਕਰਦੇ ਹਾਂ ਨਥੂਰਾਮ ਤੇ ਮਾਤਾ ਦਾ ਨਾਮ ਭਗਵਾਨ ਦੇਵੀ ਪਤਨੀ ਨਿਰਮਲਾ ਦੇਵੀ ਬੱਚੇ ਉਹਨਾਂ ਦੇ ਨੇ ਸੰਜੀਪ ਭੰਡਾਰੀ ਅਰਜੀਤ ਭੰਡਾਰੀ ਤੇ ਰਾਹੁਲ ਭੰਡਾਰੀ ਇਹ ਉਹਨਾਂ ਦੇ ਪਰਿਵਾਰ ਦਾ ਜਾਣਕਾਰੀ ਹੈ ਛੋਟੀ ਜੀ ਜੀਵਨ ਦੀ ਗੱਲ ਕਰਦੇ ਹਾਂ ਜੀ ਉਹਨਾਂ ਦੇ ਜਨਮ ਆਪਾਂ ਗੱਲ ਕਰਦੇ ਹਾਂ ਮਾਲਵੇ ਦਾ ਜਿਹੜਾ ਪਿੰਡ ਹੈ ਬਨਪੋਰਾ ਜੋ ਸੁੰਗਰੂਰ ਦੇ ਵਿੱਚ ਪੈਂਦਾ ਉੱਥੇ ਜਨਮ ਹੁੰਦਾ ਜੀ 14 ਫਰਵਰੀ 1937 ਨੂੰ ਫਾਦਰ ਦਾ ਨਾਮ ਆਪਾਂ ਪਹਿਲੇ ਗੱਲ ਕਰ ਚੁੱਕੇ ਆ ਨਥੂਰਾਮ ਜੀ ਉਸ ਤੋਂ ਬਾਅਦ ਹੀ ਮੌਨ ਪੜਾਹੀ ਦੀ ਜਿਹੜੀ ਮੋਢਲੀ ਸਿੱਖਿਆ ਕਿੱਥੇ ਹੋਊਗੀ ਜੀ ਉਥੋਂ ਦੇ ਪਿੰਡ ਦੇ ਸਕੂਲ ਦੇ ਵਿੱਚ ਹੀ ਹੋਈ ਹੈ ਪ੍ਰਾਇਮਰੀ ਲੈਵਲ ਤੱਕ ਘਰ ਦੀ ਗਰੀਬੀ ਦੇ ਬਾਵਜੂਦ ਵੀ ਉਹਨਾਂ ਨੇ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਐਮਏ ਕੀਤੀ ਹੈ ਜੀ ਐਮਏ ਘਾ ਦੇ ਵਿੱਚ ਕੀਤੀ ਹੈ ਪੰਜਾਬੀ ਦੇ ਵਿੱਚ ਫਿਰ ਉਹਨਾਂ ਨੇ ਐਲਐਲਬੀ ਦੀ ਪੜ੍ਹਾਈ ਕਰਕੇ ਕਲਰਕ ਦੀ ਨੌਕਰੀ ਪ੍ਰਾਪਤ ਕੀਤੀ ਹੈ ਫਿਰ ਸਿੱਖਿਆ ਵਿਭਾਗ ਦੇ ਵਿੱਚ ਪੰਜਾਬ ਤੋਂ ਉਹ 1995 ਦੇ ਵਿੱਚ ਸੇਵਾਮੁਕਤ ਹੁੰਦੇ ਆ ਮੋਹਨ ਸਿੰਘ ਭੰਡਾਰੀ ਨੇ ਜਿਹੜੇ ਕੋੜੇ ਮਿੱਠੇ ਅਨਭਵ ਨੇ ਕਹਾਣੀ ਦੇ ਵਿੱਚ ਢਾਲਿਆ ਤੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਭੰਡਾਰੀ ਇੱਕ ਸੁਤੰਤਰ ਲੇਖਕ ਦੇ ਵਜੋਂ ਆਪਣੀ ਪਛਾਣ ਬਣਾਉਂਦਾ ਹੈ ਸਾਹਿਤਕ ਖੇਤਰ ਦੀ ਗੱਲ ਕਰਦੇ ਹਾਂ ਜੀ ਉਹਨਾਂ ਦਾ ਕਿਵੇਂ ਦੀ ਸਟਾਰਟਿੰਗ ਹੋਈ ਉਹਨਾਂ ਦੀ ਸਨ 1953 ਦੇ ਵਿੱਚ ਕਹਿੰਦੇ ਜਦੋਂ ਨੌਵੀਂ ਜਮਾਤ ਵਿੱਚ ਪੜਦਾ ਸੀ ਤਾਂ ਪਹਿਲੀ ਕਹਾਣੀ ਲਿਖੀ ਸੀ ਉਸਨੇ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਦੀ ਗੱਲ ਕਰਦੇ ਹਾਂ ਜੀ ਕੁਝ ਜਿਹੜੇ ਪ੍ਰਸਿੱਧ ਨੇ ਕਾਫੀ ਜ਼ਿਆਦੇ ਤਿਲਚੌਲੀ ਮੁਨੱਖ ਦੀ ਪੈੜ ਕਾਠ ਦੀ ਲੱਤ ਪਹਿਚਾਨ ਮੂਨ ਦੀ ਅੱਖ ਇਹ ਕਾਫੀ ਜ਼ਿਆਦੇ ਉਹਨਾਂ ਦੇ ਪ੍ਰਸਿੱਧ ਨੇ ਭੰਡਾਰੀ ਨੇ ਸਮੁੱਚੀ ਕਥਾ ਨੂੰ ਕਥਾਵਾਰਤਾ ਦੇ ਸਰਲੇਖੇਠ ਇੱਕ ਸੰਪੂਰਨ ਕਿਤਾਬ ਦਾ ਰੂਪ ਦਿੱਤਾ ਹੈ ਜੀ ਸਿਹਤ ਖੇਤਰ ਨਾਲ ਜੁੜੇ ਵੱਡੇ ਵੱਡੇ ਸਨਮਾਨ ਤੋਂ ਇਲਾਵਾ ਵੱਡਾ ਜਿਹੜਾ ਉਹਨਾਂ ਨੂੰ ਇਨਾਮ ਹੈਗਾ ਜੀ ਭਾਰਤੀ ਸਹਿਤ ਅਕਾਦਮੀ ਦਾ ਉਹਨਾਂ ਨੂੰ ਮਿਲਿਆਗਾ ਕਾਦੇ ਲਈ ਮੂਨ ਦੀ ਅੱਖ ਦੇ ਲਈ 1998 ਦੇ ਵਿੱਚ ਲੇਖਕ ਜਦੋਂ ਕਹਾਣੀ ਖੇਤਰ ਵਿੱਚ ਆਇਆ ਤਾਂ ਉਸ ਪਾਸੇ ਜਿਹੜੀ ਹੈਗੀ ਸੀ ਸਮਾਜਿਕ ਅਸਮਾਨਪਨ ਤੇ ਦੂਜੇ ਪਾਸੇ ਜਿਹੜੀ ਹੈਗੀ ਸੀ ਨਕਸਲਵਾਦੀ ਲਹਿਰ ਚੱਲ ਰਹੀ ਸੀ ਸ਼ੁਰੂ ਹੋ ਰਹੀ ਸੀ ਉਹ ਸਮਾਂ ਸੀਗਾ ਜਦੋਂ ਸਹਿਦ ਦੇ ਵਿੱਚ ਵੱਖ-ਵੱਖ ਵਧਾਵਾਂ ਮਨੁੱਖ ਦੇ ਜਿਹੜੇ ਹੈਗੇ ਸੀ ਵਿਅਕਤੀਤਵ ਦੀ ਪਹਿਚਾਣ ਕਰਵਾਈ ਜਾ ਰਹੀ ਸੀ ਅਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਮਨੁੱਖ ਦੀ ਲੋਕ ਧਰਾਈ ਅਵਸ਼ੇਤਰਾ ਨਾਲੋਂ ਟੁੱਟ ਰਿਹਾ ਸੀ ਤੇ ਆਪਰਮਾਨਿਕ ਤਤਾਂ ਦੇ ਨਾਲ ਉਹ ਪ੍ਰਮਾਣਿਕ ਬਣਾਉਣ ਦੇ ਲਈ ਵੱਲ ਰੁਚਿਤ ਹੋ ਰਿਹਾ ਸੀਗਾ ਮੋਹਨ ਪੰਡਾਰੀ ਨੇ ਲੋਕ ਧਰਾਈ ਮਾਨਸਿਕਤਾ ਦੇ ਨਾਲ ਜੁੜ ਕੇ ਅਜਿਹੇ ਮਨੁੱਖਾਂ ਨੂੰ ਪਛਾਣ ਕਰਾਉਂਦਾਗਾ ਜਿਸ ਦਾ ਇੱਕ ਸਿਰਾ ਜੰਗੀਰੂ ਕਦਰਾਂ ਕੀਮਤਾਂ ਦੇ ਨਾਲ ਜੁੜਿਆ ਹੋਇਆ ਤੇ ਇੱਕ ਸਿਰਾ ਪ੍ਰਤੀ ਦਿਨ ਤਰੱਕੀ ਕਰ ਰੇ ਪੂੰਜੀਵਾਦੀ ਸਮਾਜ ਦੇ ਵਿੱਚ ਜੁੜਿਆ ਹੋਇਆ ਸੀ ਮੋਹਨ ਭੰਡਾਰੀ ਦੀਆਂ ਕਹਾਣੀਆਂ ਜਿੱਥੇ ਲੋਕ ਧਰਾਈ ਅਵਚੇਤਨ ਵਿੱਚ ਸ਼ਾਮਲ ਹੁੰਦੀਆਂ ਨੇ ਉਸ ਦੇ ਪਾਤਰ ਹੈ ਜਿਹੜੇ ਨਵੇਂ ਉਤਪੰਨ ਹੋ ਰਹੇ ਜਿਹੜੇ ਯਥਾਰਤਕ ਨਹੀਂ ਉਹਨਾਂ ਦੇ ਪ੍ਰਤੀ ਜਿਹੜੇ ਯਥਾਰਤਕ ਨਹੀਂ ਉਹਨਾਂ ਨੂੰ ਬੋਧ ਪ੍ਰਤੀ ਜਾਗਰੂਕ ਹੋ ਰਹੇ ਨੇ ਕਹਾਣੀਆਂ ਦੇ ਵਿਚਲੇ ਪਾਤਰ ਕਿਸ ਤਰ੍ਹਾਂ ਨੇ ਉਹਨਾਂ ਦੀ ਗੱਲ ਕਰਦੀ ਮੋਹਨ ਪੰਡਾਰੀ ਦੀਆਂ ਕਹਾਣੀਆਂ ਦੇ ਵਿਚਲੇ ਪਾਤਰ ਨੇ ਯਥਾਰਥਕ ਪਰਸਥਿਤੀਆਂ ਦੇ ਅਨੁਸਾਰ ਜ਼ਿੰਦਗੀ ਬਦਲਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਦ੍ਰਿੜ ਸੰਕਲਪ ਇੱਕ ਜਰੂਰ ਟੀਚਾ ਜ਼ਰੂਰ ਹੈ ਪਰ ਉਹਨਾਂ ਦੀ ਹੋਂਣੀ ਰਸਤੇ ਵਿੱਚ ਉਹਨਾਂ ਦੇ ਰੁਕਾਵਟ ਬਣ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਦੀ ਰਫ਼ਤਾਰ ਥੋੜਾ ਤੇਜ਼ ਕਰਨ ਦੇ ਲਈ ਸਹਾਇੀ ਹੁੰਦੀ ਹੈ ਟੀਚਾ ਹੀ ਉਹਨਾਂ ਨੂੰ ਪ੍ਰੇਰਨਾ ਸਰੋਤ ਬਣਦਾ گا۔ ਤੇ ਆ ਜੀ ਜੋ ਉਹਨਾਂ ਦਾ ਦੁਖਾਂਤਿਕ ਵਾਤਾਵਰਨ ਹੈ ਵਿੱਚ ਰਹਿੰਦੇ ਆਹੋ ਉਹ ਨਰਾਸ ਨਹੀਂ ਹੋਣ ਦਿੰਦੇ। ਜਿਵੇਂ ਇੱਕ ਐਗਜ਼ਾਮਪਲ ਹੈ ਮਨੁੱਖ ਦੀ ਪੈੜ ਮੈਨੂੰ ਟੰਗੋਰ ਬਣਾ ਦੇਵਾ ਪਹਿਚਾਨ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਪਤਾ ਲੱਗਦਾ ਕਹਾਣੀਆਂ ਦੇ ਵਿੱਚ ਦੁਖਾਂਤ ਨੂੰ ਜਿਹੜਾ ਸਖਾਂਤ ਦੇ ਨਾਲ ਜੋੜਿਆ ਗਿਆਗਾ। ਕਹਾਣੀਆਂ ਵਿਚਲਾ ਦੁਖਾਂਤ ਕਿਸ ਤਰ੍ਹਾਂ ਦਾ ਉਹ ਗੱਲ ਕਰਦੇ ਆਂ ਜੀ ਕਹਾਣੀਕਾਰ ਨੇ ਕਹਾਣੀਆਂ ਵਿਚਲੇ ਪਾਤਰ ਯਥਾਰਤਕ ਵਿੱਚੋਂ ਲੈਂਦਾ ਹੈ ਉਹਨਾਂ ਦੇ ਦੁੱਖ ਸੁੱਖ ਦੇ ਨਾਲ ਵੀ ਆਪਾਂ ਜਦੋਂ ਯਥਾਰਤਕ ਚੋਂ ਲਵਾਂਗੇ ਤਾਂ ਉਹਨਾਂ ਦੇ ਦੁੱਖ ਸੁੱਖ ਵੀ ਜਿਹੜੇ ਹੈਗੇ ਨੇ ਉਹ ਵੀ ਲਏਗਾ ਉਹਨਾਂ ਨੂੰ ਆਪਣੀ ਵਿਚਾਰਧਾਰਾ ਦੀ ਪਾਨ ਪਾ ਕੇ ਪਾਠਕਾਂ ਦੇ ਸੰਮੁਖ ਪੇਸ਼ ਕਰਦਾ ਮੋਹਨ ਭੰਡਾਰੀ ਦੀਆਂ ਕਹਾਣੀਆਂ ਵਿਚਲਾ ਦੁਖਾਂਤ ਵੀ ਪੰਜਾਬੀ ਮਾਨਸਿਕਤਾ ਦੇ ਵਿਹਾਰ ਅਤੇ ਸੁਆ ਵਿੱਚੋਂ ਹੀ ਪੈਦਾ ਹੁੰਦਾ ਹੈ ਉਸ ਦੀ ਕਹਾਣੀ ਵਿੱਚ ਪੇਸ਼ ਦੁਖਾਂਤ ਦੇ ਕਾਰਨ ਹਰ ਕਹਾਣੀ ਦਾ ਵੱਖਰਾ ਹੁੰਦਾ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਪਾੜ ਕਹਾਣੀ ਵਿੱਚ ਪੰਜਾਬ ਸੰਕਟ ਦਾ ਦੁਖਾਂਤ ਪੇਸ਼ ਕੀਤਾ ਮੈਨੂੰ ਟਗੋਰ ਬਣਾ ਦੇ ਕਹਾਣੀ ਵਿੱਚ ਸਮਾਜੀ ਸਿਸਟਮ ਦੀ ਜੋ ਕਰਤੂਤਾ ਨਹੀਂ ਉਹਨਾਂ ਨੂੰ ਦੁਖਾਂਤ ਨੂੰ ਪੇਸ਼ ਕੀਤਾ ਘੋਟਰਾ ਕਹਾਣੀ ਵਿੱਚ ਕਿਰਤ ਨਾਲ ਟੁੱਟ ਰਹੀ ਇਨਸਾਨ ਦੀ ਜਿਹੜੀ ਦੁਖਾਂਤ ਹੈ ਉਸ ਨੂੰ ਬੇਸ ਕੀਤਾ ਤਰਨ ਤਾਰਨ ਕਹਾਣੀ ਸਿਸਟਮ ਦੇ ਨਾਲ ਮਨ ਦੀ ਦਬਦਆ ਗ੍ਰਸਤ ਸਥਿਤੀ ਨੂੰ ਦੁਖਾਂਤ ਹੈ ਜਿਹੜਾ ਉਹ ਬੇਸ਼ ਕੀਤਾ ਬੇਸੇਵਾ ਮਨੁੱਖੀ ਦੀ ਅਸਥਿਰਤਾ ਦਾ ਦੁਖਾਂਤ ਪੇਸ਼ ਕਰਦਾ ਬਰਫ ਲਤਾੜੇ ਰੁੱਖ ਸਿਸਟਮ ਦੀ ਅਮਾਨਵੀ ਪ੍ਰਵਿਰਤੀਆਂ ਦਾ ਦੁਖਾਂਤ ਪੇਸ਼ ਕਰਦਾ ਮੋਹਨ ਪੰਡਾਰੀ ਹਰ ਕਹਾਣੀ ਵੱਖੋ ਵੱਖਰੀਆਂ ਸਥਿਤੀਆਂ ਵਿੱਚੋਂ ਪੈਦਾ ਹੋ ਰਹੇ ਦੁਖਾਂਤ ਵੰਬ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਗੱਲ ਕਰਦੇ ਆਂ ਜੀ ਸੱਭਿਆਚਾਰ ਕਿਹੜੇ ਕਿਹੜੇ ਉਹਦੀਆਂ ਕਹਾਣੀਆਂ ਵਿੱਚ ਨੇ ਪਿੰਡ ਉਸ ਸੱਭਿਆਚਾਰ ਤੇ ਸ਼ਹਿਰੀ ਸੱਭਿਆਚਾਰ ਦੀ ਗੱਲ ਕਰਦੇ ਆਂ ਕਿਸ ਤਰ੍ਹਾਂ ਬੇਸ਼ਕੀਤਾ ਉਸ ਨੂੰ ਪਿੰਡ ਸੱਭਿਆਚਾਰ ਦੇ ਨਾਲ ਨਾਲ ਸ਼ਹਿਰੀ ਸੱਭਿਆਚਾਰ ਦਾ ਜਿਹੜਾ ਨੌਕਰੀ ਬੇਸਾ ਮੱਧ ਵਰਗੀ ਸ਼੍ਰੇਣੀ ਦਾ ਅਸਧਾਰਨ ਅਤੇ ਮਨੋਵਿਗਿਆਨਕ ਗੁੰਝਲਾ ਦੀ ਤਰਜ਼ਮਾਨੀ ਕਰਦੀਆਂ ਨੇ ਉਸ ਦੀਆਂ ਕਹਾਣੀਆਂ ਹੁਣ ਭਾਰੀ ਨੇ ਉਮਰ ਪਰ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਉਲਝਣਾਂ ਦੇ ਵਿੱਚੋਂ ਨਿੰਘਿਆ ਇਸ ਵਰਗ ਦੀਆਂ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਨੇੜਿਓ ਦੇਖਿਆ گا۔ ਇਹਨਾਂ ਸਮੱਸਿਆ ਨੂੰ ਬਹੁਤ ਬਰੀਕੀ ਦੇ ਨਾਲ ਆਪਣੀਆਂ ਕਹਾਣੀਆਂ ਦੇ ਵਿੱਚ ਪੇਸ਼ ਕੀਤਾ। ਵਿਕਸਤ ਸਹਿਰੀ ਵਾਤਾਵਰਨ ਦੀ ਕਹਾਣੀ ਵਿੱਚ ਪੜੇ ਲਿਖੇ ਜਾਂ ਅਜਿਹੇ ਲੋਕ ਕਾਰਜਸ਼ੀਲ ਹਨ ਜਿਨ੍ਹਾਂ ਨੂੰ ਸਿਸਟਮ ਦਾ ਚੌਥੇ ਦਰਜੇ ਦੇ ਲੋਕ ਕਿਹਾ ਜਾਂਦਾ ਜੀ। ਇਸ ਦਰਜੇ ਦੇ ਮਨੁੱਖਾਂ ਦੀਆਂ ਜਿਹੜੀਆਂ ਤੰਗੀਆਂ ਨੇ, ਤ੍ਰਿਸ਼ੀਆਂ ਨੇ, ਦੁੱਖ ਨੇ, ਸੁੱਖ ਨੇ ਜਿਹੜੀਆਂ ਉਹਨਾਂ ਦੀਆਂ ਕਹੋ ਇਸ਼ਾਮਾ ਨੇ ਉਹਨਾਂ ਨੂੰ ਕਾਦੇ ਵਿੱਚ ਪੇਸ਼ ਕੀਤਾ ਜੀ ਉਹਨਾਂ ਨੇ ਕੁੱਕੜ ਦਾ ਫੰਗ ਵਰਫ ਲਤਾੜੀ ਮਨੁੱਖ ਤੜਕਿਆ ਹੋਇਆ ਸ਼ੀਸ਼ਾ ਬਾਬੂ ਮਾਇਆ ਦਾਸ ਕਹਾਣੀਆਂ ਵਿੱਚ ਪੇਸ਼ ਕੀਤਾ ਜੀ ਮੋਹਨ ਭੰਡਾਰੀ ਦੀਆਂ ਕਹਾਣੀਆਂ ਪਿੰਡੂ ਅਤੇ ਸ਼ਹਿਰੀ ਦੋਨੇ ਤਰ੍ਹਾਂ ਦੇ ਜੀਵਨ ਦੇ ਜੋਕ ਕੇ ਸੰਕਟ ਗ੍ਰਸਤ ਮਨੁੱਖ ਦੀਆਂ ਜਿਹੜੀਆਂ ਅਸ਼ਿਆਮਾ ਨੇ ਆਖਿਆ ਮਾਣੀ ਉਹਨਾਂ ਦੀ ਪੂਰਤੀ ਕਰਦੀਆਂ ਨੇ ਤੇ ਸਵੈ ਹੋੰਦ ਤੇ ਪ੍ਰਜਤਨਾ ਵਿੱਚ ਮਨੁੱਖੀ ਮਾਨਸਿਕਤਾ ਵਿੱਚ ਪੈਦਾ ਹੋ ਰਹੇ ਵਿਗਾੜ ਨੂੰ ਪੇਸ਼ ਕਰਦੀਆਂ। ਗੱਲ ਕਰਦੇ ਆਂ ਜੀ ਮਨੁੱਖ ਅਤੇ ਮਨੁੱਖੀ ਅਸਤਿਤਵ ਦੀ ਜੋ ਪੇਸ਼ ਕੀਤਾ ਜੀ ਕਹਾਣੀਆਂ ਵਿੱਚ ਮਨੁੱਖ ਅਤੇ ਮਨੁੱਖੀ ਅਸਤਿਤਵ ਦੇ ਨਾਲ ਜੁੜੇ ਮਸਲੇ ਕੇਂਦਰੀ ਧੁਰਾ ਬਣਦੇ ਆ ਜੀ। ਉਸ ਦੀਆਂ ਪਾਤਰ ਪ੍ਰਧਾਨ ਕਹਾਣੀਆਂ ਵਿੱਚ ਇਹ ਨੁਕਤਾ ਪੂਰੇ ਜਲਵਾ ਦੇ ਨਾਲ ਉੱਭਰਦਾ। ਉਸ ਦੀਆਂ ਕਹਾਣੀਆਂ ਦੇ ਪਾਤਰ ਦੁਖਾਂਤਿਕ ਸਰੋਕਾਰਾਂ ਅਤੇ ਆਰਥਿਕ ਮਜ਼ਦੂਰੀਆਂ ਦੇ ਭੰਨੇ ਟੋੜੇ ਹੋਏ ਮਿਲਦੇ ਆ ਵੇਖਣ ਨੂੰ ਪਰ ਉਹਨਾਂ ਦੇ ਅੰਦਰ ਮਨੁੱਖ ਹੋਣ ਦੀ ਸੰਕਲਪਨਾ ਦਾ ਸਭ ਤੋਂ ਵੱਡਾ ਅਹਿਸਾਸ ਮੌਜੂਦ ਹੁੰਦਾ ਹੈ ਇਹ ਮਨੁੱਖ ਭਾਰਤੀ ਸਮਾਜ ਦਾ ਉਹ ਮਨੁੱਖ ਹੈ ਜੋ ਭਾਰਤੀ ਸਮਾਜ ਵਿੱਚ ਆਪਣੀ ਪਛਾਣ ਅਤੇ ਹੋਂਦ ਦੇ ਸੰਕਟ ਵਿੱਚ ਹੈ ਜਿਵੇਂ ਉਹਨਾਂ ਦੀਆਂ ਕਹਾਣੀਆਂ ਨੇ ਕਲਯੁਗ ਦੂਸਰੀ ਮੌਤ ਮਿੱਟੀ ਦੀ ਔਰਤ ਇਹਨਾਂ ਕਹਾਣੀਆਂ ਦੇ ਵਿੱਚ ਇਸ ਤਰ੍ਹਾਂ ਦੇ ਮਨੁੱਖ ਤੇ ਮਨੁੱਖੀ ਅਸਤਿਤਵ ਦੀ ਗੱਲ ਕੀਤੀ ਹੋਈ ਹੈ ਹੁਣ ਉਹ ਗੱਲ ਕਰਦੇ ਹਾਂ ਜੀ ਪੰਜਾਬ ਦੇ ਸੰਕਟ ਨਾਲ ਸੰਬੰਧਤ ਉਹਨਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਨੇ ਉਹਨਾਂ ਦੀ ਮੋਹਨ ਸਿੰਘ ਪਟੜਾਰੀ ਨੇ ਆਪਣੀਆਂ ਕਹਾਣੀਆਂ ਵਿੱਚ ਜਿੱਥੇ ਆਰਥਿਕਤਾ ਦੇ ਅਤੇ ਪਹਿਚਾਨ ਨਾਲ ਜੁੜੇ ਮਸਲਿਆਂ ਨੂੰ ਪੇਸ਼ ਕੀਤਾ ਹੈ ਉਹਨਾਂ ਨੇ ਪੰਜਾਬ ਸੰਕਟ ਨੂੰ ਵੀ ਬਹੁਤ ਬ੍ਰੀਕੀ ਨਾਲ ਪੇਸ਼ ਕੀਤਾ ਹੈ ਮੂਨ ਦੀ ਅੱਖ ਕਹਾਣੀ ਸੰਗ੍ਰਹਿ ਵਿੱਚ 1947 ਤੋਂ ਲੈ ਕੇ 1984 ਦੇ ਦੰਗਿਆਂ ਦੀ ਮੂਹ ਬੋਲਦੀ ਤਸਵੀਰ ਨਜ਼ਰ ਆਉਂਦੀ ਹੈ ਇਹ ਕਹਾਣੀਆਂ ਹਾਕਮ ਸਿਆਸਤ ਦੇ ਹਥਿਆਰ ਦੇ ਨਾਲ ਕਤਲ ਕੀਤੇ ਹੋਏ ਲੋਕਾਂ ਦੀ ਵਿਥਿਆ ਹਨ ਜਿਸ ਵਿੱਚ ਹਿੰਦੂ ਵੀ ਵੱਡੇ ਗਏ ਸਿੱਖ ਵੀ ਖਾੜਕੂ ਵੀ ਪੁਲਸ ਅਤੇ ਫੌਜ ਦੇ ਸਿਪਾਹੀ ਵੀ ਵੱਡੇ ਗਏ ਉਹਨਾਂ ਨੂੰ ਪੇਸ਼ ਕੀਤਾ ਜੇ ਜਿਉਂਦਾ ਰਿਹਾ ਤਾਂ ਸ਼੍ਰੇਣੀ ਸਮਾਜ ਆਪਣੇ ਆਪ ਨੂੰ ਜਿਉਂਦਾ ਰੱਖਣ ਦੇ ਲਈ ਇਸ ਤਰ੍ਹਾਂ ਦੇ ਕੌੜੇ ਕੈਲੋਜੀ ਹਥਕੰਡੇ ਵਰਤਦੀ ਹੈ ਇਸ ਦੌਰ ਦੀਆਂ ਕਹਾਣੀਆਂ ਦੇ ਵਿੱਚ ਮੋਹਨ ਪੜਹਾਰੀ ਨੇ ਕਥਾ ਚੇਤਨ ਵਿੱਚ ਸਿਰਫ ਉਦੋਂ ਦੀਆਂ ਸੰਕਟ ਹੀ ਨਹੀਂ ਸਗੋਂ ਇਸ ਦੇ ਸੰਕਟ ਦੇ ਪਿੱਛੇ ਪਏ ਰਾਜਨੀਤਿਕ ਚੇਤਨਾ ਭਰਪੂਰ ਵਿਸ਼ਲੇਸ਼ਣ ਕੀਤਾਗਾ ਕਿ ਕਿਵੇਂ ਰਾਜਨੀਤੀ ਉਹਦੇ ਪਿੱਛੇ ਕੰਮ ਕਰਦੀ ਹੈ ਇਸ ਗੱਲ ਨੂੰ ਵੀ ਉਹਨਾਂ ਨੇ ਪੇਸ਼ ਕੀਤਾਗਾ ਜਿਸ ਕਰਕੇ ਉਸ ਦੀਆਂ ਕਹਾਣੀਆਂ ਵਿੱਚ ਵਰਤੀ ਸੰਕਟ ਪ੍ਰਤੀ ਹਮਦਰਦੀ ਜਾਂ ਵਿਰੋਧੀ ਭਾਵ ਉਪਜਾ ਕੇ ਚੁੱਪ ਨਹੀਂ ਕਰ ਜਾਂਦੀਆਂ ਉਨ੍ਹਾਂ ਦੇ ਵਿੱਚ ਸਗੋਂ ਉਹ ਸਮਾਜਿਕ ਬੋਧ ਦਾ ਚਿੰਤਨਮਈ ਵਰਤਾਰਾ ਪਾਠਕਾਂ ਦੇ ਸਾਹਮਣੇ ਸਿਰਜਦੀਆਂ ਨੇ ਜਿਵੇਂ ਕਹਾਣੀਆਂ ਦੀ ਗੱਲ ਕਰਦੇ ਆਂ ਪਾੜ ਕਬੂਤਰ ਮੂਨ ਦੀ ਅੱਖ ਉਹਨਾਂ ਦੀਆਂ ਕਹਾਣੀਆਂ ਵਿੱਚ ਪੇਸ਼ ਹੋਏ ਬਿਆੰਗ ਡੂੰਗੇ ਤੌਰ ਤੇ ਸੋਚ ਅਤੇ ਸਥਿਤੀ ਉੱਪਰ ਕਟਾਕਸ ਕਰਦੀਆਂ ਨੇ ਮੂਨ ਪੜਹਾਰੀ ਦੀਆਂ ਕਹਾਣੀਆਂ ਹਿੰਦੀ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਨੇ ਗੱਲ ਕਰਦੇ ਆਂ ਜੀ ਉਹਨਾਂ ਦੀਆਂ ਰਚਨਾਮਾਂ ਦੇ ਸੰਗ੍ਰਹਿਾਂ ਦੀ ਜੀ ਤਿਲਚੌਲੀ ਕਾਠ ਦੀ ਲਤ ਗੋਰਾ ਬਾਸਾ ਮੁੰਦਿਆਕ ਪਛਾਨ ਬੇਦੀ ਜਿਸੇ ਕਹਤੇ ਹੈ ਇਹ ਅਜਬ ਬੰਦੇ ਬਰਫ ਲਤਾੜੇ ਰੁਖ ਕਥਾ ਵਾਰਤਾ ਮਨੁੱਖ ਦੀ ਪੈੜ ਤਨ ਪਤਨ ਮੋਣ ਪੰਡਾਰੀ ਦੀ ਜਿਹੜੇ ਹੈਗੇ ਨੇ ਜੀ ਅਨੁਵਾਦ ਹੋਈ ਅੰਗਰੇਜ਼ੀ ਦੀ ਉਹ ਕਹ ਉਸ ਦੀ ਗੱਲ ਕਰਦੇ ਆ ਜੀ ਜੋ ਪਰਮਜੀਤ ਸਿੰਗਰ ਮਾਣਾ ਨੇ ਕੀਤੀ ਹੈ ਮੌਂਡ ਬੰਧਾਰੀਜ਼ ਸਿਲੇਕਟਡ ਸਟੋਰੀਜ਼ ਹਿੰਦੀ ਦੀ ਗੱਲ ਕਰਦੇ ਹਾਂ ਜੀ ਉਹਨਾਂ ਦੀ ਹਿੰਦੀ ਦੇ ਵਿੱਚ ਦੋ ਪੁਸਤਕਾਂ ਛਪੀਆਂ ਨੇ ਜੀ ਤਿਲ ਚਾਵਲੀ ਪੀਤਲ ਕੇ ਬਟਨ ਅਨਵਾਦ ਕਿਹੜੀਆਂ-ਕਿਹੜੀਆਂ ਪੁਸਤਕਾਂ ਦਾ ਉਹਨਾਂ ਨੇ ਕੀਤਾ ਜੀ ਇੱਕ ਅਜੀਬ ਮਨੁੱਖ ਦਾ ਸੁਪਨਾ ਅਤੇ ਹੋਰ ਕਹਾਣੀਆਂ ਦਾ ਜ਼ਮੀਲਾ ਬਾਵੀ ਮੰਟੋ ਦੇ ਰੰਗ ਮੰਟੋਤਾ ਅਜ਼ੀਜ਼ ਜਉਂਦਾ ਹੈ ਖੁਦਾ ਕੀ ਕਸਮ ਲਾਖੀ ਸਾਰੇ ਪਾਗਲ ਸੁਭਰਾਮਣੀਆ ਭਾਰਤੀ ਸੰਪਾਦਨ ਕਿੜੀਆਂ-ਕੜੀਆਂ ਕਿਤਾਬਾਂ ਦਾ ਕੀਤਾ ਜੀ ਉਹਨਾਂ ਵੱਲ ਕਥਾ ਗਾਰਗੀ ਦੀ ਡਾਕਟਰ ਰਗਵੀਰ ਸਿੰਘ ਟੰਡ ਦਾ ਸਮਰਤੀ ਗ੍ਰੰਥ ਡਾਕਟਰ ਰਵੀਰ ਟੰਡ ਦੀ ਗਲਪ ਚੇਤਨਾ ਪੰਜੀ ਨਵੀਆਂ ਕਹਾਣੀਆਂ ਸ਼ੇਵ ਕੁਮਾਰ ਵਿਰਾਸਾ ਸੁਲਤਾਨ ਜੀਵਨ ਕਲਾ ਅਤੇ ਇਜ਼ਾਦਾ ਮੰਟੋ ਦੇ ਰੰਗ ਮੋਹਨ ਭੰਡਾਰੀ ਦੇ ਬਾਰੇ ਜੋ ਕਿਤਾਬਾਂ ਛਪੀਆਂ ਨੇ ਉਹਨਾਂ ਦੀ ਗੱਲ ਕਰਦੇ ਆ ਜੀ ਮੋਹਨ ਭੰਡਾਰੀ ਸ਼ਬਦ ਸੰਵੇਦਨਾ ਡਾਕਟਰ ਸਰਬਜੀਤ ਵੱਲੋਂ ਛਾਪੀ ਗਈ ਹੈ ਮੋਹਨ ਭੰਡਾਰੀ ਹਾਜ਼ਰ ਹੈ ਜੀ ਸੰਪਾਦਕ ਕੀਤਾ ਹੋਇਆ ਜੀ ਡਾਕਟਰ ਗੁਰਮੀਤ ਕੌਰ ਹੁਣ ਗੱਲ ਕਰਦੇ ਆ ਜੀ ਸਨਮਾਨ ਕਿਹੜੇ ਕਿਹੜੇ ਮਿਲੇ ਨੇ ਉਹਨਾਂ ਦੀ ਸਹਿਦ ਅਕਾਦਮੀ ਚੰਡੀਗੜ੍ਹ ਵੱਲੋਂ ਤਿਲਚੌਲੀ ਲਈ ਕਹਾਣੀ ਸੰਗ੍ਰਹਿ ਲਈ ਇਨਾਮ ਦਿੱਤਾ ਗਿਆ ਸੀ ਉਹਨਾਂ ਨੂੰ ਇਸ ਤੋਂ ਬਿਨਾਂ ਜੀ ਹਰਵੰਸ ਰਾਮਪ uri ਇਨਾਮ ਉਹਨਾਂ ਨੂੰ ਸਹਿਦ ਸਭਾ ਅਦਰਾਹਾਂ ਦੇ ਵੱਲੋਂ ਦਿੱਤਾ ਗਿਆ ਪਹਿਚਾਨ ਕਹਾਣੀ ਸੰਗ੍ਰਹਿ ਦੇ ਲਈ 1988 ਦੇ ਵਿੱਚ ਪਹਿਸਾਨ ਕਹਾਣੀ ਸੰਗ੍ਰਹਿ ਦੇ ਲਈ ਕੁਲਵੰਤ ਸਿੰਘ ਵਿਰਕ ਇਨਾਮ ਮਿਲਿਆ ਉਹਨਾਂ ਨੂੰ ਮੂਨ ਦੀ ਅੱਖ ਕਹਾਣੀ ਸੰਗ੍ਰਹਿ ਲਈ ਭਾਰਤੀ ਸਹਿਦ ਅਕਾਦਮੀ 1998 ਦੇ ਵਿੱਚ ਸਨਮਾਨ ਮਿਲਿਆ ਧੰਨਵਾਦ ਜੀ ਜੋ ਤੁਸੀਂ ਵੀਡੀਓ ਨੂੰ ਇੰਨੇ ਧਿਆਨ ਦੇ ਨਾਲ ਦੇਖ ਰਹੇ ਹੋ ਤੇ ਆਪਣੇ ਨੋਟਸ ਤਿਆਰ ਕਰ ਰਹੇ ਹੋ ਜੌਬ ਇਨਫੋਰਮੇਸ਼ਨ ਨਾਲ ਆਪਣੀਆਂ ਸੰਬੰਧਿਤ 15 ਵੀਡੀਓ ਆ ਚੁੱਕੀਆਂ ਨੇ ਉਹਨਾਂ ਨੂੰ ਦੇਖ ਸਕਦੇ ਆ ਤੁਸੀਂ ਜ਼ਿਆਦਾ ਜਾਣਕਾਰੀ ਲਈ ਆਪਣੀ ਵੈਬਸਾਈਟ tarlwalclasses.com ਤੇ ਜਾ ਸਕਦੇ ਆ ਜੀ ਵੀਡੀਓ ਨੂੰ ਲਾਈਕ ਕਰਨਾ ਜੀ ਦੋਸਤਾਂ ਦੇ ਨਾਲ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਦੋਂ ਵੀ ਆਪਾਂ ਅਪਡੇਟ ਕਰੀਏ ਕੋਈ ਨਵੀਂ ਵੀਡੀਓ ਪਾਣੇ ਆ ਤਾਂ ਤੁਹਾਡੇ ਤੱਕ ਸਿੱਧੀ ਆ ਸਕੇ ਜਲਦੀ ਪਹੁੰਚ ਸਕੇ ਅਗਲੀ ਵੀਡੀਓ ਦੀ ਵੇਟ ਕਰਨਾ ਜੀ ਜਿਸ ਦੇ ਵਿੱਚ ਆਪਾਂ ਅਗਲੇ ਕਹਾਣੀਕਾਰ ਦੀ ਗੱਲ ਕਰਾਂਗੇ ਜੀ ਨਵੇਂ ਕਹਾਣੀਕਾਰ ਦੇ ਬਾਰੇ ਜੀਵਨ ਦੇ ਬਾਰੇ ਉਹਨਾਂ ਦੇ ਬਾਰੇ ਵਿਚਾਰ-ਚਰਚਾ ਕਰਾਂਗੇ ਧੰਨਵਾਦ ਸੀ